ਮਤਲਬ ਵੀ ਪਾਲਿਸ਼ ਲਾ ਕੇ ਉੱਤੇ ਕਬਾਉਣ ਵਗੈਰਾ ਜੋ ਵੀ ਲਾਉਂਦੇ ਆ ਤੇ ਹੁਣ ਰਬਿੰਗ ਕਰਨੇ ਆ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਜੀ, ਤੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਣਗੇ ਤੇ ਆਪਾਂ ਵੀ ਐਨ ਠੀਕ ਆ। ਆਪਾਂ ਨੂੰ ਪੈ ਗਿਆ ਜੀ ਕੰਮ ਇੱਕ ਜ਼ਰੂਰੀ ਅੰਮ੍ਰਿਤਸਰ, ਤੇ ਆਪਾਂ ਉੱਥੇ ਜਾਣਦੇ ਹਾਂ ਤੇ ਬਾਕੀ ਹੁਣ ਤਰਨ ਤਾਰਨ ਪਹੁੰਚ ਗਏ ਹਾਂ ਤੇ ਵਲੋਗ ਸਟਾਰਟ ਕੀਤਾ ਨਹੀਂ। ਮੈਂ ਕਿਹਾ ਇੱਕ ਵਾਰੀ ਵਲੋਗ ਸਟਾਰਟ ਕਰ ਲਈਏ ਤੇ ਨਾਲੇ ਚੱਲੇ ਤਾਂ ਹੈਗੇ ਹੀ ਆ ਵਲੋਗ ਭਾਜੂ ਨਾਲੇ ਆਪਣਾ, ਤੇ ਬਾਕੀ ਹੁਣ ਇੱਕ ਦੋ ਕੰਮ ਹੀ ਜ਼ਰੂਰੀ ਉਹ ਕਰਕੇ ਫਿਰ ਇੱਕ ਦੋ ਕੰਮ ਗੱਡੀ ਦੇ ਵੀ ਕਰਾਉਣੇ ਆਪਾਂ। ਜੇ ਤਾਂ ਟਾਈਮ ਨਾਲ ਵਿਹਲੇ ਹੋ ਗਏ ਤੇ ਫਿਰ ਗੱਡੀ ਦੇ ਕੰਮ ਵੀ ਕਰਾਉਣੇ ਆ ਤੇ ਦੋ ਤਿੰਨ ਕੰਮ ਹੋਰ ਕਰਵਾਉਣੇ ਆ, ਉਹ ਵੀ ਤੁਹਾਨੂੰ ਦੱਸਾਂਗੇ ਕੀ ਅੱਗੇ ਕਰਵਾਉਂਦੇ ਆ। ਤੇ ਬਾਕੀ ਜਾਣਦੇ ਹਾਂ ਹੌਲੀ ਹੌਲੀ, ਬਾਕੀ ਅੱਜ ਆਪਾਂ ਇਕੱਲੇ ਹੀ ਹਾਂ ਤੇ ਅੱਜ ਆਪਾਂ ਇਕੱਲੇ ਹੀ ਜਾਂਦੇ ਹਾਂ ਹੌਲੀ ਹੌਲੀ ਅਰਮਾਨ ਨਾਲ, ਤੇ ਬਾਕੀ ਫਰੈਂਡ ਫਰੂੰਡ ਦੇ ਕਿਤੇ ਗਏ ਸੀ ਅੱਜ ਤੇ ਮੈਂ ਕਿਹਾ ਚਲੋ ਫਿਰ ਇਕੱਲੇ ਹੀ ਹੋ ਆਉਂਦੇ ਹਾਂ। ਬਾਕੀ ਨਜ਼ਾਰਾ ਤੇ ਸਿੱਧੂ ਮੂਸੇਵਾਲੇ ਦੇ ਗਾਣੇ ਲਾ ਕੇ ਹੀ ਆਉਂਦਾ ਵਾ, ਐਂ ਘੈਂਟ ਗਾਣੇ ਆ। ਮੈਂ ਨਾ ਕਰੀ ਪਤਾ ਲੱਗਦਾ ਕਿ ਗਾਣੇ ਦੀ ਕੋਈ ਚੀਜ਼ ਆ। ਬਾਕੀ ਅਜੇ ਰੋਡ ਰਾਡ ਬਣੀ ਜਾਂਦੇ ਆ, ਬਾਕੀ ਕਿਤੇ ਬਣ ਗਏ ਆ ਤੇ ਕਿਤੇ ਨਹੀਂ, ਕਿਤੇ ਚਾਲੂ ਕਰਤੇ ਆ ਤੇ ਕਿਤੇ ਨਹੀਂ। ਬਾਕੀ ਤੁਹਾਨੂੰ ਪਤਾ ਇਹ ਕੰਮ ਹੌਲੀ ਹੌਲੀ ਹੁੰਦਾ ਰਹਿਣਾ। ਬਾਕੀ ਆਪਾਂ ਅੰਮ੍ਰਿਤਸਰ ਪਹੁੰਚੇ ਲੱਗੇ ਹਾਂ। ਬਾਕੀ ਯਾਰ ਜਾਮ ਵੀ ਬੜਾ ਕਿਉਂਕਿ ਰੋਡ ਬਣਨ ਕਰਕੇ ਨਾ ਤੇ ਜਾਮ ਬਹੁਤ ਜ਼ਿਆਦਾ, ਉਹ ਦੂਰ ਦੂਰ ਤੱਕ ਜਾਮ ਲੱਗਾ ਜੀ। ਵੇਖੋ ਪੱਕੀ ਗੱਲ ਇੱਥੇ ਅੱਧਾ ਘੰਟਾ ਲੱਗੂਗਾ। ਬਾਕੀ ਪਿੱਛੇ ਵੀ ਲੱਗਾ ਸੀ, ਬਾਕੀ ਪਿੱਛੇ ਥੋੜ੍ਹਾ ਸੀ, ਇੱਥੇ ਕਾਫੀ ਜਾਮ ਜੇ। ਬਾਕੀ ਕਰਦੇ ਹਾਂ ਵੇਟ, ਹੁਣ ਜਾਂਦੇ ਹਾਂ ਫਿਰ ਹੌਲੀ ਹੌਲੀ। ਜ਼ਿਆਦਾ ਲੰਮਾ ਲੱਗਾ ਜਾਮ, ਘੱਟੋ ਘੱਟ 20-25 ਮਿੰਟ ਹੋ ਗਏ ਇੱਦਾਂ ਹੀ ਤੁਰਦੇ ਨੂੰ, ਕਦੀ ਹੌਲੀ ਕਦੀ ਰੋਕ ਲਈ ਦੀ ਗੱਡੀ, ਕਾਫੀ ਲੰਮਾ ਲੱਗਾ ਜਾਮ। ਬਾਕੀ ਤੁਰੇ ਜਾਂਦੇ ਹੌਲੀ ਹੌਲੀ, ਫਿਰ ਮੈਨੂੰ ਲੱਗਦਾ ਗੋਲਡਨ ਗੇਟ ਤੱਕ ਲੱਗਾ ਜਾਵੇ। ਅੰਮ੍ਰਿਤਸਰ ਆਪਾਂ ਆ ਗਏ ਹਾਂ ਤੇ ਹੁਣ ਆਪਾਂ ਛਿਆਟੇ ਹਾਂ, ਤੇ ਛਿਆਟੇ ਆ ਕੰਮ ਆਪਾਂ ਨੂੰ ਇੱਕ, ਤੇ ਇੱਥੇ ਫੇਰ ਜਾਮ। ਉੱਥੇ ਪਹਿਲਾਂ ਅੱਧਾ ਘੰਟੇ ਤੋਂ ਜ਼ਿਆਦਾ ਲਾਇਆ ਤੇ ਹੁਣ ਇੱਥੇ ਫੇਰ ਜਾਮ। ਇੱਥੇ ਵੇਖੋ ਕਿੰਨਾ ਟਾਈਮ ਲੱਗਦਾ, ਇੱਥੋਂ ਬਸ 10 ਕੁ ਮਿੰਟ ਦਾ ਰਸਤਾ ਇੱਥੇ ਜਾਣਾ ਆਪਾਂ, ਤੇ ਬਸ ਪਹੁੰਚਣ ਵਾਲੇ ਹਾਂ, ਫੇਰ ਜਾਮ ਮਿਲ ਪਿਆ। ਜਿਹੜਾ ਵੀ ਆਪਾਂ ਨੂੰ ਕੰਮ ਸੀ ਤੇ ਉੱਥੋਂ ਆਪਾਂ ਹੋ ਗਏ ਹੁਣ ਫ੍ਰੀ, ਤੇ ਬਾਕੀ ਛਿਆਟੇ ਆਪਾਂ ਆਏ ਹਾਂ ਤੇ ਗੁਰਦੁਆਰਾ ਸਾਹਿਬ ਲੱਗ ਗਏ ਛਿਆਟੇ ਸਾਹਿਬ, ਤੇ ਫਿਰ ਮੈਂ ਕਿਹਾ ਮੱਥਾ ਟੇਕ ਕੇ ਜਾਂਦੇ ਹਾਂ ਲਾਗੋਂ, ਲਾਗੋਂ ਹੋ ਕੇ ਕੀ ਜਾਣਾ ਫਿਰ ਵਾਪਸ, ਤੇ ਚਲੋ ਹੁਣ ਠੀਕ ਆ ਮੱਥਾ ਮੁੱਥਾ ਟੇਕ ਲਈਏ ਇੱਕ ਵਾਰੀ ਫਿਰ। ਹੁਣ ਭਾਅ ਜੀ ਮੱਥਾ ਆਪਾਂ ਟੇਕ ਲਿਆ ਵਾ ਤੇ ਬਾਕੀ ਹੁਣ ਦੇਖਦੇ ਹਾਂ ਕਿੱਥੇ ਜਾਂਦੇ ਹਾਂ ਕਿੱਥੇ ਨਹੀਂ। ਇੱਕ ਦੋ ਕੰਮ ਕਰਾਉਣੇ ਗੱਡੀ ਦੇ, ਜੇ ਤਾਂ ਬਣ ਗਈ ਗੱਲ ਫਿਰ ਕਰਾਵਾਂਗੇ ਕੰਮ, ਅਤੇ ਨਾਲ ਤੁਹਾਨੂੰ ਦਿਖਾਵਾਂਗੇ ਕੀ ਕਰਾਉਣ ਲੱਗੇ ਗੱਡੀ ਦਾ। ਸਵੇਰ ਦਾ ਆਏ ਹਾਂ ਆਪਾਂ ਅੰਮ੍ਰਿਤਸਰ, ਅਤੇ ਬਾਕੀ ਸਵੇਰ ਦਾ ਯਾਰ ਕੰਮ ਕੋਈ ਕਰਵਾਇਆ ਨਹੀਂ ਗੱਡੀ ਦਾ ਜੀ, ਬਾਕੀ ਹਨੇਰਾ ਹੋ ਗਿਆ ਜੀ ਅਤੇ ਇੱਦਾਂ ਹੀ ਸਾਰੀ ਘਰੇ ਲੰਘ ਗਈ ਅੱਜ। ਬਾਕੀ ਹੁਣ ਸਵੇਰੇ ਕਰਾਵਾਂਗੇ ਕੰਮ ਗੱਡੀ ਦਾ, ਜੋ ਵੀ ਹੋਣ ਵਾਲਾ ਵਾ ਉਹ ਕਰਵਾਵਾਂਗੇ ਸਵੇਰੇ। ਬਾਕੀ ਹੁਣ ਕੁਝ ਖਾਣ ਪੀਣ ਆਏ ਹਾਂ ਬਾਹਰ, ਕੁਝ ਖਾਣੇ ਪੀਣੇ ਆ ਅਤੇ ਫਿਰ ਸਵੇਰੇ ਕਰਾਵਾਂਗੇ ਕੰਮ। ਹੁਣ ਜੋ ਵੀ ਕਰਵਾਉਣਾ ਇਸ ਟਾਈਮ 'ਤੇ ਹੁਣ ਆਉਣੀ ਆ, ਪਹਿਲੋਂ ਤਾਂ ਸਾਰੀ ਦਿਹਾੜੀ ਕਿਤੇ ਇੱਦਾਂ ਹੀ ਲੰਘ ਨੂੰ ਗਈ ਆਪਣੀ। ਚਲੋ ਹੁਣ ਮਿਲਦੇ ਆ ਤੁਹਾਨੂੰ ਸਵੇਰੇ, ਹੁਣ ਸਵੇਰੇ ਮਿਲਦੇ ਤੁਹਾਨੂੰ। ਹਾਂਜੀ ਸਾਰਿਆਂ ਦਾ ਕੀ ਹਾਲ ਚਾਲ ਜੀ, ਠੀਕ ਠਾਕ ਹੋ ਸਾਰੇ? ਆਪਾਂ ਵੀ ਠੀਕ ਹੈ ਨਾ। ਅਤੇ ਬਾਕੀ ਨੈਕਸਟ ਡੇ ਜੀ ਅੱਜ ਨਵਾਂ ਦਿਨ, ਕਿਉਂਕਿ ਕੱਲ੍ਹ ਤਾਂ ਕੋਈ ਕੰਮ ਹੋਇਆ ਨਹੀਂ ਸੀ ਗੱਡੀ ਆਪਣੀ ਦਾ, ਅਤੇ ਬਾਕੀ ਰਾਤ ਆਪਾਂ ਇੱਥੇ ਅੰਮ੍ਰਿਤਸਰ ਹੀ ਰੋਕੇ ਹਾਂ, ਅਤੇ ਬਾਕੀ ਹੁਣ ਟਾਈਮ 12 ਵੱਜ ਗਏ ਜੀ ਫਿਰ, ਬਾਕੀ ਹਜੇ 12 ਵੱਜ ਗਏ ਜੇ, ਅਤੇ ਹੁਣ ਚੱਲੇ ਹਾਂ ਥੋੜ੍ਹੇ ਟਾਈਮ ਤੱਕ, ਅਤੇ ਬਾਕੀ 12 ਦੇ ਫਿਰ ਘਰ ਵੱਜ ਗਏ ਆ। ਤੁਹਾਨੂੰ ਪਤਾ ਦਿਨ ਵੀ ਛੋਟੇ ਆ, 6:30-5 ਵਜੇ ਤਾਂ ਹਨੇਰਾ ਹੋ ਜਾਂਦਾ, ਅਤੇ ਬਾਕੀ ਧੁੱਪ ਲੱਗ ਗਈ ਜੇ, ਮੀਂਹ ਮੂੰਹ ਪਿਆ ਸਾਡੇ ਕਿਤੇ ਮਗਰੋਂ, ਅਸੀਂ ਕਿਤੇ ਅੰਦਰ ਹੀ ਹਾਂ, ਅੰਦਰ ਨਾ ਇੰਨਾ ਪਤਾ ਨਹੀਂ ਲੱਗਦਾ ਮੀਂਹ ਪਿਆ ਕਿ ਨਹੀਂ ਪਿਆ। ਬਾਕੀ ਸੁੱਤੇ ਹਾਂ ਅਤੇ ਹੁਣ 12 ਵੱਜ ਗਏ ਜੇ, ਉੱਠੇ ਹਾਂ, ਹੋ ਗਿਆ ਵਾਹਵਾ ਚਿਰ ਹੋ ਗਿਆ ਉੱਠੇ ਨੂੰ, ਤਾਂ ਬਾਕੀ ਹੁਣ ਜਾਂਦੇ ਹਾਂ ਕਰਾਉਂਦੇ ਹਾਂ ਕੰਮ ਕੁੰਮ। ਮੌਸਮ ਲਗਭਗ ਸਾਫ਼ ਹੋ ਹੀ ਗਿਆ ਵਾ, ਬਾਕੀ ਹਜੇ ਪਰਨਾ ਪੁਰਨਾ ਨਹੀਂ ਬੰਨਿਆ ਅਤੇ ਤਾਂ ਕਰਕੇ ਮੈਂ ਹਾਂ ਬੈਕ ਕੈਮਰਾ ਨਾਲ ਵੀਡੀਓ ਸ਼ੂਟ ਕਰ ਲੈਂਦੇ ਹਾਂ ਆਪਣਾ ਫੇਸ ਕੀ ਦਿਖਾਉਣਾ, ਨਾਲੇ ਤੁਸੀਂ 20,000 ਰੁਪਏ ਹਰ ਕੇ ਵੀਡੀਓ 'ਚ।
आ गए गड्डी का काम करवा तो बाकी आप करवाना ही काम लाइटा ना साफ करवाया माड़िया जी माड़िया जी पीलिया जी पी पीली पीली भाव जी मारती ही तो लाइटा साफ करवाए हूँ खोलन कल हों लाइट बाकी तुम दिखाने लाइट साफ हो गई कि फर्क पैंता बाकी अंदर नवी भी पी भी दिखा मैं बाकी रादा नवी पाँदा बन गया अपना तो नवी लाइटा वह पामने स्विफ्ट स्विफ्ट लाइटा वह सामने पाकि नवी मैं क्या नवी फिर की पाया इन्ने पैसे लाने तो बाकी इन्ह तो दड़े लगे फोली लाइटा देखो घट्टो घट भी 8-9 बंदे काम करते हो कोई रेक मल रेक मल मारन दिया कोई पॉलिश मारन दिया वक् वक् काम मतलब फड़े इन्होंने कि बंपर बंपर भी खोलना पेगा नाड़ आना एक बार अंदर तां करके गल बना दी बाद करी गल कमी पेशी ना रहन दी कोई अगे दा बाकी जाम तुहानू पिछली क्लिपा च दिखाया ही बहुत ज्यादा जाम आ इधर भी तुरे फिर जाम ही जाम एक नवा पंगा पै गया जी होर लाइट खोली दे लाइट अपनी टुटी निकली जी उदो गड्डी बची नहीं गांह च तो वो करके थल्यो लाइट वेखी नहीं उत्तों आप जुगाड़ करा लिया तो बाकी हम वैल्डिंग करवाने मशीनी वैल्डिंग करवाने आखिर कि लाइटा खोल के करवा लो कि मतलब कि शीशा वक् करवा लो तो फिर मैं क्या नहीं तो फिर ना भाप ही जमी आती है जे शी लाइट खवा लीए तो इदा ही करवा लेने ये भाजू गल ठीक है नहीं देख लेंगे हिसाब का बाद चो अगे कि लाइट छिल के ते बाकी हुण रेक माला मारन दे आ तीन चार चार तरह के रेक माल होंगे ना तो वह मारन दे रेक माल दसदे आ बाद चो की करदे आ इधर सारा गड्डिया की आ मार्केट और सामने गड्डिया की मार्केट ग्रीन प्लाजा जी मार्केट का ना इधर भी गड्डिया का काम सारा अगे भी सारा गड्डिया का काम ही है तुम दिखा सारिया गड्डिया का काम ही है सारा इतने रेक माल तो बाद मतलब कि पालिश ला के उत्ते कंपाउंड वगैरह जो भी लाते हैं तो हूँ रबिंग कर बाद एक होर पालिश लाई कंपाउंड पालिश लाई बाद कि पै फर्क तो पा अपनी लाइट टुटी एक जी गां बजी हो करवा वैल्डिंग ही करवाने कुड़ी कट के ना पूरी पूरी बेच करती जिदा आप गैस वैल्डिंग कर गैस वैल्डिंग नहीं करवा जिदा आप उदा प्लास्टिक वैल्डिंग कर बहरला बना दूजी इतनी वैल्डिंग हुई है इतों हुई है बाकी हो गई वैल्डिंग पता लगता नहीं कल वैल्डिंग हुई है कि नहीं हुई करते जो ना फिट हूँ लाइटा करती साफ सूफ बाकी अगे ना तो फर्क पाया काफ़ी ज़्यादा लाइट का बन गई गल ना 80% हाँ बन गई गल वैसे काफ़ी पहला तो पीलिया ही तो हूँ जेटा ही पाइं ही ना कि हूँ थोड़ी ही सैट आ बाकी वो फिट कर दें अजे लो जी करती जी फिट तो बाकी फर्क तो पाया अगे नो 70% फर्क पै गया कि नहीं पै गया 70% फर्क गल बन गई आ लिशका मांड है भी अगे ना थोड़ी पीली लाइट लो जी ये काम हो गया जी हाँ पालिश पुलिश मार दे करी बाकी अपना लाइटा का काम तो हो गया बाकी ना एक स्पीकर बनाने ही
ਚਿਮੜ ਦੀ ਆਵਾਜ਼ ਮਾੜੀ ਮਾੜੀ ਪਾਰਟੀ ਜੀ ਆ। ਬਾਕੀ ਉਹ ਦਿਖਾਉਂਦੇ ਆ ਸਪੀਕਰ ਹੁਣ। ਬਾਕੀ ਆਪਾਂ ਕੱਲ ਸਪੀਕਰ ਵਗੈਰਾ ਵਿਖਾ ਲਏ ਸੀ, ਇੱਕ ਸਪੀਕਰ 'ਚ ਥੋੜ੍ਹੀ ਜਿਹੀ ਹੈਗੀ ਪ੍ਰੋਬਲਮ, ਅਤੇ ਉਹ ਕੋਈ ਨਹੀਂ ਕਹਿੰਦਾ ਹਜੇ ਮਤਲਬ ਥੋੜ੍ਹੀ ਆਵਾਜ਼ 'ਤੇ ਹੀ ਖਰਾਬ ਕਰਦੇ ਆ, ਜ਼ਿਆਦਾ ਆਵਾਜ਼ 'ਚ ਨਹੀਂ ਖਰਾਬ ਕਰਦੇ। ਉਹ ਕਹਿੰਦਾ ਮਤਲਬ ਚੇਂਜ ਕਰਵਾ ਲਿਓ, ਥੋੜ੍ਹਾ ਜਿਹਾ ਚਿਰ ਚਲਾ ਲਓ ਫਿਰ ਚੇਂਜ ਕਰਵਾ ਲਿਓ, ਫਿਰ ਆਪਾਂ ਲਵਾਵਾਂਗੇ ਕੰਪੋਨੈਂਟ। ਅੱਗੇ ਮੈਂ ਸਪੀਕਰ ਚੇਂਜ ਕਰਾਏ ਸੀ ਅਤੇ ਉਦੋਂ ਆਪਾਂ ਵੈਸੇ ਵਲੋਗ ਵਗੈਰਾ ਨਹੀਂ ਬਣਾਉਂਦੇ ਹਾਂ ਆਪਾਂ, ਅਤੇ ਹੁਣ ਆਪਾਂ ਮਤਲਬ ਸਪੀਕਰ ਚੇਂਜ ਕਰਾਵਾਂਗੇ, ਥੋੜ੍ਹਾ ਰੁਕ ਕੇ ਚੇਂਜ ਕਰਾਵਾਂਗੇ। ਅਤੇ ਹੁਣ ਫਿਰ ਅਗਲਾ ਦਿਨ ਕੱਲ੍ਹ ਫਿਰ ਬਾਅਦ 'ਚ ਲੱਗੇ ਹਾਂ ਕਿਤੇ ਪਾਰਟੀ 'ਚ ਲੱਗੇ ਹਾਂ, ਫਿਰ ਵਲੋਗ ਬਣਿਆ ਨਹੀਂ ਆਪਣਾ। ਹੁਣ ਥੋੜ੍ਹੇ ਜਿਹੇ ਕੱਪੜੇ ਕੁਪੜੇ ਲੈਣ ਜਾਣੇ ਆ ਅਤੇ ਹੁਣ ਫਿਰ ਜਾਂਦੇ ਹਾਂ, ਉਸ ਤੋਂ ਬਾਅਦ ਜਾਂਦੇ ਹਾਂ ਪਿੰਡ ਨੂੰ। ਮੈਂ ਤੁਹਾਨੂੰ ਦਿਖਾਉਂਦੇ ਹਾਂ ਕੱਪੜੇ ਕਿੱਥੋਂ ਲੈਣ ਲੱਗੇ ਕਿੱਥੋਂ ਨਹੀਂ। ਆਹ ਵਲੋਗ ਨਾਲੇ ਤਾਂ ਵਾਹਵਾ ਹੀ 3 ਦਿਨ ਹੋ ਗਏ ਲੰਮਾ ਖਿੱਚਿਆ ਜਾਣ ਨੂੰ ਵਲੋਗ, ਥੋੜ੍ਹਾ ਜਿਹਾ ਪਰਸੋਂ ਬਣਾਇਆ, ਥੋੜ੍ਹਾ ਕੱਲ੍ਹ ਬਣਾਇਆ ਸੀ, ਥੋੜ੍ਹਾ ਜਿਹਾ ਅੱਜ ਬਣਾਵਾਂਗੇ ਅਤੇ ਵੇਖ ਲਾਂਗੇ ਕਿੰਨਾ ਕੁ ਮਿੰਟਾਂ ਦਾ ਬਣਦਾ ਵਾ, ਅਤੇ ਫਿਰ ਉਸ ਹਿਸਾਬ ਨਾਲ ਪਾ ਦਾਂਗੇ। ਅਤੇ ਬਾਕੀ ਥੋੜ੍ਹਾ ਥੋੜ੍ਹਾ ਕਰਕੇ ਵਾਹਵਾ ਹੀ ਲੰਮੇ 3 ਦਿਨ ਹੋ ਗਏ ਆ ਵਲੋਗ ਬਣਾਉਂਦੇ ਨੂੰ, ਮਤਲਬ ਵੀ ਕਿਤੇ ਬਣਾ ਲਈਦਾ ਕਿਤੇ ਨਹੀਂ ਬਣਾਈਦਾ। ਅਤੇ ਬਾਕੀ ਤੁਹਾਨੂੰ ਮੇਨ ਮੇਨ ਪਾਰਟ 'ਚ ਤੁਹਾਨੂੰ ਦਿਖਾ ਦੂੰਗਾ ਕੱਟ ਵੱਢ ਕੇ। ਬਾਕੀ ਹੁਣ ਬਸ ਤੁਰਨ ਹੀ ਲੱਗਾ ਮੈਂ ਵੀ ਇੱਥੋਂ, ਕੱਪੜੇ ਲੈ ਕੇ ਅਤੇ ਫਿਰ ਚਲ ਜਾਣਾ ਪਿੰਡ ਨੂੰ, ਕਿਉਂਕਿ ਪਿੰਡ ਨੂੰ ਵੀ 3 ਦਿਨ ਹੋ ਗਏ ਆਪਾਂ ਨੂੰ, ਦੋ ਰਾਤਾਂ ਹੋ ਗਈਆਂ ਇੱਥੇ। ਅਤੇ ਬਾਕੀ ਹੁਣ ਦਿਖਾਉਂਦੇ ਹਾਂ ਤੁਹਾਨੂੰ ਵੀ ਘੈਂਟ ਵਿਊ, ਪਰਲੇ ਬੰਨੇ ਬਾਗ ਆ ਅਤੇ ਇੱਧਰ ਮਟਰ ਮੁਟਰ ਲਾਏ ਲੋਕਾਂ ਨੇ। ਜਿਹੜੇ ਵੀ ਮਿੱਤਰੋ ਕੱਪੜੇ ਕੁਪੜੇ ਲੈਣੇ ਸੀ ਅਤੇ ਆਪਾਂ ਲੈ ਲਏ ਆ, ਬਾਕੀ ਆਪਾਂ ਨੂੰ ਕੁਝ ਆਪਾਂ ਨੂੰ ਮਿਲੇ ਨਹੀਂ ਆ, ਅਤੇ ਉਹ ਕੋਈ ਨਹੀਂ ਤਰਨ ਤਾਰਨ ਜਾ ਕੇ ਦੇਖਦੇ ਹਾਂ, ਇੱਕ ਦੀ ਚੀਜ਼ ਜੇ ਮਿਲ ਗਈ ਤਾਂ ਠੀਕ ਆ, ਨਹੀਂ ਤਾਂ ਫਿਰ ਪਿੰਡ ਨੂੰ ਜਾਵਾਂਗੇ ਹੌਲੀ ਹੌਲੀ। ਬਾਕੀ ਇੱਥੇ ਕਾਫੀ ਜ਼ਿਆਦਾ ਬ੍ਰਾਂਡ ਹੈਗੇ ਆ, ਮਤਲਬ ਕਾਫੀ ਜ਼ਿਆਦਾ ਹਜੇ ਹੋਰ ਬ੍ਰਾਂਡ ਕਾਫੀ ਜ਼ਿਆਦਾ ਆਉਂਦੇ ਆ, ਹਜੇ ਸਾਰੇ ਨਹੀਂ ਆਏ। ਲੰਘ ਜਾ ਵੀਰ, ਬਾਕੀ ਜੀ ਤਰਨ ਤਾਰਨ ਜਾ ਕੇ ਇੱਕ ਅੱਧਾ ਵੇਹਨੇ ਆ, ਜੇ ਮਿਲ ਗਏ ਠੀਕ ਆ, ਨਹੀਂ ਤੇ ਫਿਰ ਘਰ ਨੂੰ। ਪਾਰਕਿੰਗ ਸਾਰੀ ਫੁੱਲ ਤਰਨ ਤਾਰਨ ਵਾਲੀ, ਹੁਣ ਦੇਖਦੇ ਆ ਗੱਡੀ ਦੀ ਜਗ੍ਹਾ ਕਿਤੇ ਨਾ ਕਿਤੇ ਮਿਲਦੀ ਹੈ ਕਿ ਨਹੀਂ ਮਿਲਦੀ, ਨਹੀਂ ਤੇ ਫਿਰ ਰੂਟ ਤੇ ਲਾ ਦਾਂਗੇ ਹੋਰ ਕੀ ਆ, ਕਿਤੇ ਸਾਈਡ ਜਿਹਦੇ ਕਰਕੇ ਕਿਤੇ ਨਾ ਕਿਤੇ ਲਾ ਦਾਂਗੇ, ਫਿਰ ਉਹ ਮਿਲ ਗਈ ਜਗ੍ਹਾ ਮਿਲ ਗਈ। ਲਓ ਜੀ ਮਿੱਤਰੋ, ਆਪਾਂ ਨੂੰ ਤਾਂ ਜਗ੍ਹਾ ਮਿਲ ਗਈ ਜੇ, ਅਤੇ ਬਾਕੀ ਸਾਰੀ ਪਾਰਕਿੰਗ ਫੁੱਲ, ਉਹ ਇੱਕਦਮ ਗੱਡੀ ਨਿਕਲ ਗਈ ਕੋਈ ਤਾਂ ਫਿਰ ਜਗ੍ਹਾ ਮਿਲ ਗਈ ਆਪਾਂ ਨੂੰ। ਹੁਣ ਜਾਂਦੇ ਹਾਂ ਥੋੜ੍ਹੇ ਜਿਹੇ ਇੱਥੋਂ ਹੀ ਲੈਣੇ ਆ, ਲੈ ਕੇ ਫਿਰ ਚੱਲਦੇ ਹਾਂ ਪਿੰਡ ਨੂੰ। ਆਹ ਆ ਕੇ ਜੇ ਆਪਾਂ ਮੇਨ ਬਾਜ਼ਾਰਾਂ 'ਚ, ਇੱਧਰ ਤੁਹਾਨੂੰ ਪਤਾ ਕਿ ਗੱਡੀ ਨਹੀਂ ਆਉਂਦੀ, ਫਿਰ ਤੁਰ ਕੇ ਜਾਣਾ ਪੈਂਦਾ ਜਾਂ ਮੋਟਰਸਾਈਕਲ ਹੋਵੇ ਕੋਲ, ਫਿਰ ਗੱਡੀ ਆਪਾਂ ਲਾਤੀ ਸੀ ਪਾਰਕਿੰਗ 'ਚ, ਅਤੇ ਹੁਣ ਜਾਂਦੇ ਹਾਂ ਲੈਣ ਕੱਪੜੇ ਕੁਪੜੇ ਲੈ ਕੇ, ਅਤੇ ਆਪਾਂ ਹੁਣ ਆ ਗਏ ਹਾਂ ਗੱਡੀ 'ਚ, ਅਤੇ ਥੋੜ੍ਹੇ ਬਹੁਤ ਲਏ ਕੱਪੜੇ ਜੇ, ਅਤੇ ਬਾਕੀ ਹੁਣ ਚੱਲਦੇ ਹਾਂ ਪਿੰਡ ਨੂੰ। ਲਓ ਵੀ ਮਿੱਤਰੋ, ਗੱਡੀ ਫਿਰ ਆਪਾਂ ਨੂੰ ਕਮਾਉਣਾ ਕਰਾਉਣੀ ਪੈਣੀ ਜੇ, ਜਦੋਂ ਹੱਥ ਮਾਰੀ ਜਾਂਦਾ ਗੱਡੀ 'ਤੇ ਖੁਸ਼ਕ ਜੀ ਆਪਦੀ ਖੁਸ਼ਕ ਜੀ, ਅਤੇ ਹੁਣ ਦੇ ਇੱਕ ਦਫਵਾਰ ਪਈ ਤੁਹਾਡੀ ਗੱਡੀ ਨੂੰ, ਕਿਤੇ ਲੱਗੀ ਲੁੱਗੀ ਰਹੀ ਆ। ਹੁਣ ਮੈਂ ਕਿਹਾ ਮੈਨੂੰ ਮੈਂ ਤਾਂ ਕਿਤੇ ਲਾਈ ਲੂਈ ਨਹੀਂ ਆ, ਅਤੇ ਬਾਕੀ ਕਹਿੰਦੇ ਹੁਣ ਕਮਾਉਣ ਹੋਣੀ ਪੈਣੀ, ਕਮਾਉਣ ਕਰਾਉਣੀ ਪੈਣੀ ਫਿਰ ਤੁਹਾਨੂੰ ਗੱਡੀ। ਮੈਨੂੰ ਲੱਗਦਾ ਜਦੋਂ ਆਹ ਪਾਸਾ ਲਸ਼ੀਆ ਟੁੱਟਾ ਸੀ ਨਾ ਉਦੋਂ ਗੱਡੀ ਲਾਈ, ਉਦੋਂ ਕਿਤੇ ਪੈ ਪੂ ਗਈ ਇਹਨਾਂ ਤੋਂ, ਅਤੇ ਬਾਕੀ ਹੁਣ ਫਿਰ ਗੱਡੀ ਆਪਾਂ ਨੂੰ ਕਮਾਉਣ ਕਰਾਉਣੀ ਪੈਣੀ ਆ, ਅਤੇ ਹੁਣ ਤਾਂ ਹੋਣੀ ਨਹੀਂ ਆ ਕਿਉਂਕਿ ਕਹਿੰਦੇ ਪਹਿਲੇ ਟਾਈਮ ਆਏ ਹੋ ਕਿਸੇ ਦਿਨ, ਅਤੇ ਹੁਣ ਚੱਲਦੇ ਹਾਂ ਪਿੰਡ ਨੂੰ। ਅਤੇ ਇੱਕ ਨਾਲੇ ਆਹ ਲਿਆ ਸੀ ਕਵਰ ਨਵਾਂ, ਅਤੇ ਹੁਣ ਇਹ ਲਿਆ ਸੀ ਤਰਨ ਤਾਰਨ, ਬਾਕੀ ਚੱਲਦੇ ਹਾਂ ਪਿੰਡ ਨੂੰ। ਇੱਥੇ ਹੀ ਕਰਦੇ ਹਾਂ ਵੀਡੀਓ ਦੀ ਸਮਾਪਤੀ, ਅਤੇ ਬਾਕੀ ਵੀਡੀਓ ਕਾਫੀ ਜ਼ਿਆਦਾ ਲੰਮੀ ਹੋ ਗਈ ਸੀ, ਅਤੇ ਬਾਕੀ ਆਪਾਂ ਕੱਟ ਵੱਟ ਕੇ ਕਰਤੀ ਆ ਛੋਟੀ, ਮੇਨ ਮੇਨ ਤੁਹਾਨੂੰ ਪਾੜ ਦਿਖਾਤੇ ਆ। ਅਤੇ ਚਲੋ ਹੁਣ ਮਿਲਦੇ ਹਾਂ ਇੱਕ ਨਵੀਂ ਵੀਡੀਓ 'ਚ, ਜੇ ਬਾਈ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਕਰ ਲਿਓ, ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ ਕਿੱਦਾਂ ਦੀ ਲੱਗਦੀ ਤੁਹਾਨੂੰ ਵੀਡੀਓ। ਚਲੋ ਓਕੇ ਬਾਏ।